a South Asian Canadian channel. इस गल दे विच सारे पंजाब दे विच एक मत सोच है कि ज्यादा गर्मी दे नाल झाड़ कटिया किते किते ते अद्धा किते किते 60%, लेकिन औसतन अगर लाओगे ते 20% तो 50% पंजाब दी कणक दा झाड़ कटिया। लेकिन जिहड़ी गल मैं करना चाहना कि इहदे इक ते करेला उत्तों निम चढ़िया, पहला ही किसान दी जिहड़ी MSP है ओह तुसीं 2000 कीती है, 9% वधाई है, ते पेट्रोल डीजल 100% वध गया, उहदे नाल जिहड़ी फर्टिलाइजर और उहदे नाल पेस्टिसाइड दी कीमत ओह 125% वध गई। इहदा मतलब इह कि उहदी जिहड़ी कॉस्ट ऑफ प्रोडक्शन है, लागत जिहड़ी है ਉਹ ਘੱਟ ਤੋਂ ਘੱਟ ਨਹੀਂ 4 ਜਾਂ 5 ਗੁਣਾ ਵੱਧ ਗਈ। ਉਹਦੇ ਪਹਿਲਾਂ ਹੀ ਪੀੜਤ ਹੈ। ਹੁਣ ਨੰਬਰ 2 ਦੇ ਉੱਤੇ ਝਾੜ ਕੱਟ ਗਿਆ ਗਰਮੀ ਕਰਕੇ। ਮੈਂ ਜਿਹੜੀ ਗੱਲ ਕਹਿਣਾ ਚਾਹਣਾ, ਜਿਹੜੀ ਹਿੰਦੁਸਤਾਨ ਦੀ ਸਰਕਾਰ ਦੇ ਲਈ ਵੀ ਤੇ ਪੰਜਾਬ ਦੀ ਸਰਕਾਰ ਦੇ ਲਈ ਵੀ ਅਹਿਮੀਅਤ ਰੱਖਦੀ ਹੈ ਵੀ ਯੂਕਰੇਨ ਤੇ ਰਸ਼ੀਆ ਦੀ ਲੜਾਈ ਕਰਕੇ 25% ਕਣਕ ਇੰਟਰਨੈਸ਼ਨਲ ਮਾਰਕੀਟ 'ਚ ਕੱਟ ਗਈ। एक खला आ गया 25% एक कट गई, उथे लगी नहीं रही कणक। एदा मतलब ए हो गया कि जड़ी कणक अंतरराष्ट्रीय मार्केट च इंटरनेशनल मार्केट दे विच जड़ी 2200 मिलती सी ओ अज 3500 मिलती है। 3500 कणक दी डिमांड इन्नी वध गई, भावां झाड़ कट गया लेकिन कणक दी डिमांड इन्नी वध गई भी अज अंतरराष्ट्रीय मार्केट दे विच कणक 3500 दी है। ते जे भारत सरकार 2000 नूं चुकदी है, ते जे 2000 नूं चुकदी है ते 3500 नूं विक रही है। इसे करके जिहड़े प्राइवेट प्लेयर भी चुक रहे ने ओह 200 रुपया वध लैके 1300 कमा रहे ने उसे दिन। इस करके मेरा भारत सरकार नूं विनम्र बेनती है कि किसान दे कोल स्टोरेज है नहीं। मैं पहलां दा रौला पाउंदा रहा, ਲੋਕੀ ਸਰਕਾਰਾਂ ਬਣਾਉਣ ਤੋਂ ਲਏ ਹੋਏ ਸੀ ਤੇ ਮੈਂ ਉਦੋਂ ਪੰਜਾਬ ਦੀਆਂ ਗੱਲਾਂ ਕਰਦਾ ਸੀ, ਮੈਂ ਉਦੋਂ ਵੀ ਕਹਿੰਦਾ ਸੀ ਸਟੋਰੇਜ ਹੈ ਨਹੀਂ ਪੰਜਾਬ ਦੇ ਕਿਸਾਨ ਕੋਲ, ਉਹਦੀ ਮਜਬੂਰੀ ਹੈ ਕਣਕ ਇੱਥੇ ਧਰਨੀ ਔਰ ਵੇਚਣੀ। ਲੇਕਿਨ ਉਹਦੀ ਮਜਬੂਰੀ ਉਹਦੀ ਕਮਜ਼ੋਰੀ ਨਾ ਸਮਝੀ ਜਾਵੇ, ਉਹਨੂੰ ਉਹਦਾ ਬਣਦਾ ਹੱਕ ਮਿਲੇ। ਉਹ ਇੱਜ਼ਤ ਦੀ ਰੋਟੀ ਦੇ ਖਾਤਰ ਲੜਿਆ ਪਹਿਲਾਂ, ਹੁਣ ਵੀ ਲੜ ਸਕਦਾ, ਆੜ੍ਹਤੀਆ ਯੂਨੀਅਨ ਖੜੀ ਹੈ, ਸਭ ਦਾ ਫਾਇਦਾ ਹੋਵੇ। ਪ੍ਰਾਈਵੇਟ ਮੰਡੀਆਂ ਦੇ ਵਿੱਚੋਂ ਜਦੋਂ ਕਣਕ 200 ਰੁਪਏ ਮਹਿੰਗੀ ਦਿੱਤੀ ਜਾਂਦੀ ਹੈ ਤੇ ਮੰਡੀ ਫੀਸ ਨਹੀਂ ਆਉਂਦੀ, ਜਿਹੜੀਆਂ ਸੜਕਾਂ ਬਣਦੀਆਂ 4000-5000 ਕਰੋੜ ਰੁਪਏ ਦੀਆਂ ਉਹ ਬਣਨੋਂ ਹਟ ਜਾਣਗੀਆਂ, ਡਿਵੈਲਪਮੈਂਟ ਸਾਡੇ ਸੂਬੇ ਦੀ ਘਟੂਗੀ। ਲੇਕਿਨ ਮੈਂ ਫਿਰ ਵੀ ਭਾਰਤ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਇਹ ਕਣਕ 2000 ਦੀ ਔਰ 2200 ਦੀ ਲੈ ਰਹੇ ਹੋ ਤੇ ਅੱਗੇ 3500 ਦੀ ਵਿਕ ਰਹੀ ਹੈ ਤੇ ਭਾਈ ਕਿਸਾਨ ਨੂੰ 500 ਰੁਪਏ ਦਿਓ, ਉਹਦੇ ਚੋਂ ਤੁਸੀਂ 1500 ਕਮਾਓ, ਤੁਸੀਂ 1400 ਕਮਾਓ। ਜੇ ਇੱਕ ਤਿਹਾਈ ਵੀ ਲਾਓਗੇ ਤੇ ਰੁਪਈਏ 400 ਤੇ 500 ਤੋਂ ਘੱਟ ਨਹੀਂ ਬਣਦਾ। ਤੇ ਇਸੇ ਕਰਕੇ ਮੈਂ ਦਲੀਲ ਦੇ ਨਾਲ, ਫੈਕਟਸ ਦੇ ਨਾਲ, ਤਰਕ ਦੇ ਨਾਲ ਇਹ ਕਹਿ ਰਿਹਾ ਕਿ ਐਦਕੀ ਪੰਜਾਬ ਦੇ ਵਿੱਚ ਹਰੇਕ ਕਿਸਾਨ ਨੂੰ ਰੁਪਈਆ 400-500 ਵੱਧ ਮਿਲਣਾ ਚਾਹੀਦਾ, ਕਿਉਂਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਯੂਕਰੇਨ ਤੇ ਰਸ਼ੀਆ ਦੀ ਲੜਾਈ ਕਰਕੇ 3500 ਰੁਪਈਏ ਵਿਕਦੀ ਹੈ। ਜੇ ਤੁਸੀਂ ਇਹ ਨਹੀਂ ਕਰਨਾ ਤੇ ਭਾਈ ਸਾਡੇ ਬਾਰਡਰ ਖੋਲ ਦਿਓ, ਸਿੱਧੀ ਗੱਲ ਹੈ। 2000 ਵਾਲੀ 3500 ਨੂੰ ਵਿਕੂ ਤੇ ਜਿਹੜੀ ਬਾਸਮਤੀ ਅੱਗੇ ਉਹ 3000 ਦੀ 7000 ਨੂੰ ਵਿਕੂ, ਜਿਹੜੇ ਸਬਜ਼ੀਆਂ ਲਾਉਂਦੇ ਆ ਮਟਰ 10 ਰੁਪਏ ਦਾ 50 ਨੂੰ ਵਿਕੂ, ਅਦਰਕ 25 ਦਾ 150 ਨੂੰ ਵਿਕੂ। ਤੇ ਅੱਜ ਸੇਗੜੀ ਸਾਹਿਬ ਕਹਿ ਰਹੇ ਸਵੇਰੇ ਕੀ ਦੁੱਧ ਜਿਹੜਾ 45 ਦਾ, ਦੁੱਧ 45 ਦਾ 120 ਰੁਪਏ, ਉਹ 120 ਰੁਪਏ ਨੂੰ ਵਿਕੂ। ਭਾਈ ਕਿਉਂ ਢਿੱਡ ਪੀੜ ਹੁੰਦੀ ਹੈ? ਕਿਸੇ ਬੰਦੇ ਨੇ ਤਾਂ ਜਾਣਾ ਨਹੀਂ, ਜਿਹੜੇ ਜੈਨੂਇਨ ਲੋਕ ਨੇ ਉਹਨਾਂ ਦੇ ਲਈ ਇਹ ਰਸਤੇ ਖੋਲ ਦਿਓ। 35 ਦੇਸ਼ਾਂ ਨੂੰ ਜਾਂਦੇ ਆ, ਸਮਾਲ ਟ੍ਰੇਡ, ਸੋ ਕੁਛ ਤੇ ਕਰੋ, ਨਹੀਂ ਤੇ ਕਿਸਾਨ ਆਪਦੀ ਇੱਜ਼ਤ ਦੀ ਰੋਟੀ ਦੇ ਲਈ ਲੜਦਾ ਮਰਦਾ ਰਹੂ, ਨਹੀਂ ਤੇ 1-2% ਲੋਕਾਂ ਦਾ ਫਾਇਦਾ ਹੁੰਦਾ ਰਹੂ। ਮੈਂ ਕਿਸੇ ਦੇ ਖਿਲਾਫ ਨਹੀਂ, ਲੇਕਿਨ ਤੁਸੀਂ ਅਗਰ ਸਟੋਰੇਜ ਦੇਖੋ ਤੇ ਜਿੰਨੀ ਸਟੋਰੇਜ ਦਿੱਤੀ ਹੈ FCI ਦੇ ਵਿੱਚ ਵੀ, ਉੱਥੇ ਅਡਾਨੀ ਸਾਹਿਬ ਨੂੰ ਇਹ ਕਿਹਾ ਗਿਆ ਵੀ ਤੁਹਾਨੂੰ ਮੈਕਸਿਮਮ ਸਪੋਰਟ ਪ੍ਰਾਈਸ ਦਿੱਤੀ ਜਾਊ। ਜੇ 25% ਸਟੋਰੇਜ ਹੁੰਦੀ ਹੈ ਤੇ ਤੁਹਾਨੂੰ 100 ਦਾ ਦੇਵਾਂਗੇ ਪੈਸਾ, ਤੇ ਕਿਸਾਨ ਨੂੰ ਮਿਨੀਮਮ ਸਪੋਰਟ ਪ੍ਰਾਈਸ
25 रुपए ਵਧਾਉਣ ਦੇ ਕਦੇ 50 ਰੁਪਏ ਵਧਾਉਣ ਦੇ ਫਿਰ ਆਸਾਨ ਕਰਦੇ ਆ ਉਹ ਭਾਈ ਤੁਸੀਂ ਉਹਨੂੰ 1 ਰੁਪਿਆ ਦੇ ਕੇ ਪੈਸਟੀਸਾਈਡ ਰਾਹੀਂ ਫਰਟੀਲਾਈਜ਼ਰ ਰਾਹੀਂ ਤੁਸੀਂ ਉਹ ਤੋਂ 5-10 ਵਾਪਸ ਲੈ ਲਿਓ ਫਿਰ ਡੀਜ਼ਲ ਪੈਟਰੋਲ ਇੰਨਾ ਵਧਾ ਦਿੰਦੇ ਹੋ ਤੇ ਉਹ ਉਤਰਾਹੀ ਤਰਾਹੀ ਕਰਦਾ ਪੰਜਾਬ ਸਰਕਾਰ ਨੂੰ ਮੇਰੀ ਮੰਗ ਹੈ ਔਰ 60% ਆਬਾਦੀ ਲਈ ਮੰਗ ਹੈ ਕਿ ਭਾਈ ਜਦੋਂ ਸਾਡੀ ਕਾਂਗਰਸ ਦੀ ਚੰਨੀ ਸਰਕਾਰ ਸੀ ਮੈਂ ਪ੍ਰਧਾਨ ਹੁੰਦਾ ਸੀ ਅਸੀਂ 10 ਰੁਪਏ ਪੈਟਰੋਲ ਡੀਜ਼ਲ ਦੇ ਘਟਾਉਂਦੇ ਸੀ ਭਾਵੇਂ ਸੈਂਟਰ ਦੀ ਸਰਕਾਰ ਜਿੰਨੇ ਮਰਜ਼ੀ ਵਧਾਉਂਦੀ ਰਹੀ ਤੇ ਤੁਸੀਂ ਹੁਣ 10 ਰੁਪਏ ਡੀਜ਼ਲ ਘਟਾਓ ਪੈਟਰੋਲ ਭਾਵੇਂ 3 ਘਟਾਓ 5 ਘਟਾਓ ਵੀ ਘਟਾਓ ਹੁਣ 10 ਰੁਪਏ ਡੀਜ਼ਲ ਤੇ ਜਦੋਂ 10 ਰੁਪਏ ਡੀਜ਼ਲ ਘਟਾਓਗੇ ਉਹਦੇ ਨਾਲ ਕਿਸਾਨ ਨੂੰ ਕੁਝ ਰਾਹਤ ਮਿਲੂਗੀ ਇਹ ਗੱਲ ਮੈਂ ਪੰਜਾਬ ਦੇ ਲੋਕਾਂ ਨਾਲ ਔਰ ਸੈਂਟਰ ਦੀ ਸਰਕਾਰ ਨੂੰ ਵਿਨਮਰ ਬੇਨਤੀ ਕਰ ਰਿਹਾ ਪੰਜਾਬ ਸਰਕਾਰ ਨੂੰ ਕਹਿ ਰਿਹਾ ਕਿ ਇੱਕ ਦੂਜੇ ਦੇ ਉੱਤੇ ਲਾਂਛਣ ਲਾਣ ਨਾਲੋਂ ਗਾਲਾਂ ਕੱਢਣ ਨਾਲੋਂ ਐਨੇ ਹਰਾਤਾ ਉਹਨੇ ਹਰਾਤਾ ਅਸੀਂ ਪੰਜਾਬ ਦੇ ਮੁੱਦਿਆਂ ਦੀ ਪਹਿਰੇਦਾਰੀ ਕਰੀਏ ਤੇ ਅਗਲੀ ਗੱਲ ਕਰੂੰਗਾ ਬਿਜਲੀ ਦੀ ਬੜੀਆਂ ਲਾਟਾਂ ਮਾਰੀਆਂ ਬੜੇ ਤੰਗਜੇ ਮਾਰੇ ਸੀ ਤੇ ਚਿੜੇ ਜਿਹਾ ਮੂੰਹ ਨਿਕਲਿਆ ਪਿਆ ਚੁਟਕਲੇ ਭੁੱਲੇ ਪਏ ਆ ਲੱਭਦਾ ਨਹੀਂ ਕੋਈ ਸਮਝਦਾ ਨਹੀਂ 300 ਯੂਨਿਟ ਬਿਜਲੀ ਦੀ ਤਾਂ ਗੱਲ ਛੱਡੋ ਅੱਜ 8-8 ਘੰਟੇ ਕੱਟ ਲੱਗਣ ਦੇ ਆ ਤੇ ਅੱਜ 8000 ਮੈਗਾਵਾਟ ਹੈ ਬਿਜਲੀ ਦੀ ਜ਼ਰੂਰਤ ਜਦੋਂ ਝੋਂਡਾ ਲੱਗਣਾ 15000 ਹੋਣੀ ਹੈ ਫਿਰ ਉਹ ਤੇ ਬੋਲੂ ਤੇ ਕੁੰਡੇ ਵੀ ਖੋਲੂ। A South Asian Canadian channel.